हाँ जी, ब्रेक तो बाद तुहाड़ा स्वागत है जी सारे दर्शकों का। अज असीं गल कर रहे हां सियासी शतरंज की, उस सियासी शतरंज की जो अरविंद केजरीवाल खेल रहे ने, जो उन्होंने नवी एक चाल चली है सुच्चा सिंह छोटेपुर नूं सिनेहा भेज के, उन्होंने घर अपने बंदे भेज के, अपने आगू भेज के उन्होंने एक रिक्वेस्ट की जा रही है, तरले मिन्नतां कीते जा रही है कि जो सुच्चा सिंह छोटेपुर ने आम आदमी पार्टी वापस आ जाण, आम आदमी पार्टी की कमान नूं पंजाब च संभालन, और जो आम आदमी पार्टी मुश्किलां झेल रही है पंजाब दे विच उहनूं उहदा कोई हल कढ़न। ओयो सुच्चा सिंह छोटेपुर ने दर्शकों जिन्होंने 2 साल पहला रिश्वत लैल के इल्जाम च आम आदमी पार्टी ने बहुत ही बेइज्जत करके कढ़िया सी बार। हुण देखो सियासत दियां की मजबूरियां होंदियां ने, सियासत दे विच किद्दां मौका प्रस्ती हुंदी है, यह तुसीं अंदाजा लगा सकते हो जो आम आदमी पार्टी चल रही है। यह तुसीं हुण साडे नाल दर्शक काफ़ी फोन आ रहे हैं, उन्होंने आप गल करके देखते हैं कि वह की सोचते हैं इस बारे। हैलो हैलो, हाँ जी हाँ जी, सत श्रीकाल जी, नमस्कार जी, जी सत श्रीकाल जी, जसपाल सिंह जी, जी वधिया जी, बहुत वधिया, तुसी सुनाओ। हाँ जी, मैं क्या अज असी गल कर रहे हैं सियासी शतरंज, सियासी शतरंज जो 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 अरविंद केजरीवाल सियासी शतरंज खेल रहे ने उस बारे तुसी की सोचदे हो? हाँ जी, मैं तुहानू दस्सदा ना ओहदे बारे। दसो जी। ही इज नॉट अ वेरी फार साइटेड लीडर जी, दूर अंदेश नहीं हैगा जिन कहने ना। ਤੇ ਪਹਿਲੇ ਵਿਕਰਮ ਮਜੀਠੀਆ ਦੇ ਕੋਲ ਦੇ ਉਹਦੇ ਬਾਰੇ ਨੇ ਗੱਲਬਾਤ ਕੀਤੀ ਕੋਈ, ਕਿਹਾ ਫਿਰ ਉਹ ਤੋਂ ਮਾਫ਼ੀ ਮੰਗੀ, ਇਟਸ ਨੋਟ ਫਸਟ ਟਾਈਮ ਜੀ। ਫਿਰ ਉਹਦੇ ਸੁੱਚਾ ਸਿੰਘ ਦੇ ਉਹਨੂੰ ਪਹਿਲਾਂ ਸੈਕ ਦਿੱਤੀ ਆ, ਹੁਣ ਉਹ ਮਾਫ਼ੀ ਮੰਗਦਾ ਫਿਰਦਾ ਜੀ। ਇਹਦੀ ਰੀਜ਼ਨ ਤੁਸੀਂ ਪੁੱਛੀ ਆ ਕਿ ਕੀ ਇਹਦੇ ਬਿਹਾਈਂਡ, ਵਾਈ ਇਜ਼ ਡੂਇੰਗ ਦੈਟ। ਮੇਰੀ ਸੋਚ ਇਹ ਕਹਿੰਦੀ ਆ ਕਿ ਉਹ ਅੰਦਰਗਤੀ ਕਾਂਗਰਸ ਦੇ ਨਾਲ ਗੱਠਜੋੜ ਕਰ ਰਿਹਾ ਸੀਗਾ ਜੀ, ਤੇ ਉਹਦੀ ਆਪਣੀ ਸਟਰੋਂਗ ਨਹੀਂ ਹੈਗੀ ਦਿੱਲੀ ਚ ਵੀ ਜੀ, ਔਰ ਉਸ ਤੇ ਉਹਦੇ ਵਿੱਚ ਬਹੁਤੀ ਕਾਮਯਾਬੀ ਨਾ ਹੋਈ ਹੋਵੇ। ਤੇ ਹੁਣ ਦੇਖਦਾ ਉਹ ਦੇਖ ਨਜ਼ਰ ਆਉਂਦਾ ਹੋ ਗਿਆ ਕਿ ਪੰਜਾਬ ਦੇ ਵਿੱਚ ਵੀ ਹਾਲ ਡਾਵਾਂ ਡੋਲ ਆ, ਖਿਲਰੀ ਪਈ ਪਾਰਟੀ ਜੀ, ਇਹਦੇ ਵੀ ਬਹੁਤੇ ਚਾਂਸ ਨਹੀਂ ਹੋਣਗੇ। ਉਸ ਵਾਸਤੇ ਉਹਨੂੰ ਫਿਰ ਉਹ ਮਾਫ਼ੀ ਮੰਗਣ ਵਾਲਾ ਹਿਸਾਬ ਹੋ ਗਿਆ ਕਿ ਇਹਨਾਂ ਨੂੰ ਫਿਰ ਇਕੱਠਾ ਕੀਤਾ ਜਾਵੇ। ਸਿਆਸੀ ਮਜ਼ਬੂਰੀ ਕਹਿ ਸਕਦੇ ਹੋ ਕੇਜਰੀਵਾਲ ਦੀ, ਲੋਕ ਸਭਾ ਇਲੈਕਸ਼ਨਾਂ ਨੂੰ ਦੇਖਦੇ ਪਤਾ ਹੈ ਹਾਂਜੀ, ਸਿਆਸੀ ਮਜ਼ਬੂਰੀ ਹੈ। ਹਾਂਜੀ ਹਾਂਜੀ, ਉਹ ਸਿਆਸੀ ਮਜ਼ਬੂਰੀ ਹੈ ਜੀ, ਉਹੀ ਚੀਜ਼ ਹੈ, ਉਹੀ ਮੈਂ ਦੱਸ ਰਿਹਾ। ਹਾਂਜੀ, ਉਹਦੀ ਆਪਣੀ ਸਟਰੋਂਗ ਨਹੀਂ ਹੈਗੀ ਨਾ ਦਿੱਲੀ ਦੇ ਵਿੱਚ ਜੀ, ਉਹਨੂੰ ਆਪਣਾ ਡਰ ਹੈਗਾ ਜੀ, ਉਹਦੇ ਵਾਸਤੇ ਹੋ ਸਕਦਾ ਕਿ ਉਹ ਕਾਂਗਰਸ ਦੇ ਨਾਲ ਹਾਈਕਮਾਂਡ ਦੇ ਨਾਲ ਕੋਈ ਉੱਥੇ ਗੱਲਬਾਤ ਕੀਤੀ ਹੋਵੇ ਔਰ ਨਾ ਸਿਰੇ ਚੜ੍ਹੀ ਹੋਵੇ। ਅੱਛਾ, ਇੱਕ ਚੀਜ਼ ਹੈ, ਪੰਜਾਬ ਜਿਹੜੀ ਸਿਆਸਤ ਹੈ ਹਿੰਦੁਸਤਾਨ ਦੀ, ਇੰਡੀਆ ਦੀ ਆਪਣੀ ਸਿਆਸਤ ਚੱਲਦੀ ਸਾਰੇ ਅਲੱਗ ਅਲੱਗ ਸੂਬਿਆਂ 'ਚ, ਉੱਥੇ ਮੌਕਾ ਪ੍ਰਸਤੀ ਬਹੁਤ ਹੈ, ਲੋਕ ਮੌਕਾ ਵੇਖ ਕੇ ਇੱਧਰ ਤੋਂ ਉੱਧਰ ਜਾਂਦੇ। ਮੈਂ ਤੁਹਾਨੂੰ ਇੱਕ ਸਵਾਲ ਹੈ ਤੁਹਾਨੂੰ ਪੁੱਛਣਾ ਚਾਹਾਂਗਾ, ਤੁਹਾਨੂੰ ਕੀ ਲੱਗਦਾ ਛੋਟੇਪੁਰ ਨੂੰ ਹੁਣ ਵਾਪਸ ਆਮ ਆਦਮੀ ਪਾਰਟੀ 'ਚ ਜਾਣਾ ਚਾਹੀਦਾ ਕਿ ਨਹੀਂ, ਜਾਂ ਉਹਨਾਂ ਦੀ ਅਣਖ ਕਿੱਥੇ ਗਈ ਫਿਰ? ਨਹੀਂ, ਉਹਦੇ ਵਾਸਤੇ ਮੈਂ ਇਹ ਦੇਖਦਾ ਕਿ ਆਫਟਰ ਆਲ ਦੀਸ ਪੀਪਲ ਆਰ ਪੋਲੀਟੀਕਲ ਮੋਟਿਵ ਪੀਪਲ ਹੈਗੇ ਆ, ਰਾਈਟ ਜੀ, ਤੇ ਉਹਨੂੰ ਹੀ ਸ਼ੁਡ ਗੋ ਵਿਦ ਮਿਸਟਰ ਜਿਹੜਾ ਹੈਗਾ ਖਹਿਰਾ ਜੀ, ਔਰ ਹੋਰ ਜਿਹੜੇ ਐਮ ਪੀ ਐਮ ਐਲ ਏ ਜਿਹਨਾਂ ਨੇ ਰਿਜ਼ਾਈਨ ਕੀਤਾ ਉਸੇ ਉਹਨਾਂ ਨਾਲ ਜਾ ਕੇ ਵਿਦ ਸਮ ਸਟਰੋਂਗ ਟਰਮਸ ਉਹਦੇ ਵਿੱਚ ਹੋਵੇ ਕਿ ਕੇਜਰੀਵਾਲ ਹੀ ਸ਼ੁਡ ਨੋਟ ਮੱਚ ਇੰਟਰਫੀਅਰ। ਪਰ ਜੋ ਕੇਜਰੀਵਾਲ ਦਾ ਕੰਮ ਅਟੋਨਮੀ ਇਨ ਪੰਜਾਬ ਜਿਹੜੀ ਪਾਰਟੀ ਹੈਗੀ ਜੀ ਜੀ, ਉਹਨੂੰ ਰਿਮੋਟ ਕੰਟਰੋਲ ਦੇ ਨਾਲ ਨਾ ਯੂਜ਼ ਕਰੇ। ਪਰ ਉਹਨਾਂ ਦਾ ਪਾਰਟੀ ਦਾ ਰਿਮੋਟ ਕੰਟਰੋਲ ਤੇ ਬਹੁਤ ਵਧੀਆ, ਉਹ ਤੇ ਉਹ ਸਾਰਾ ਪਾਰਟੀ ਰਿਮੋਟ ਕੰਟਰੋਲ ਤੇ ਚਲਾਉਂਦੇ, ਉਹ ਤੇ ਹਟਣਗੇ ਨਹੀਂ ਆਪਣੀ ਗੱਲ ਤੋਂ। ਫਿਰ ਉਹ ਵੀ ਉਹਦੀ ਕਿਸੇ ਦੀ ਟਰਮਸ ਹੈਗੀਆਂ ਨਾ, ਇਸ ਤੇ ਟਾਕ ਦੇ ਵਾਂਟ ਆਨ ਦੀ ਟੇਬਲ, ਤੇ ਇਹਨਾਂ ਨੂੰ ਜਿਹੜੇ ਲੋਕੀ ਹੁਣ ਹੈਗੇ ਤੁਸੀਂ ਇਹਨਾਂ ਨੂੰ ਦੇ ਸ਼ੁਡ ਬ੍ਰਿੰਗ ਹਿਮ ਔਨ ਦੇਅਰ ਟਰਮਸ। ਅੱਛਾ, ਇੱਕ ਚੀਜ਼ ਹੋਰ ਦੱਸੋ ਜੀ, ਅਗਰ ਖਹਿਰਾ ਦਾ ਕੀ ਬਣੇਗਾ ਜੇ ਛੋਟੇਪੁਰ ਦੇ ਹੱਥ ਸਾਰੀ ਕਮਾਨ ਦੇ ਦਿੱਤੀ ਤੇ? ਨਹੀਂ ਨਹੀਂ, ਖਹਿਰਾ ਨੂੰ ਹੀ ਸ਼ੁਡ ਬੀ ਫੋਰ ਪੁਆਇੰਟ ਦੇ ਆ ਸੁੱਚਾ ਸਿੰਘ, ਹੀ ਸ਼ੁਡ ਟਾਕ ਟੂ ਖਹਿਰਾ। ਓਕੇ, ਫਿਰ ਸੁੱਚਾ ਸਿੰਘ ਛੋਟੇਪੁਰ ਔਰ ਸੁਖਪਾਲ ਸਿੰਘ ਖਹਿਰਾ ਦਾ ਈਗੋ ਕਲੈਸ਼ ਨਹੀਂ ਹੋਏਗਾ? ਹੁਣ ਈਗੋ ਕਲੈਸ਼ ਤੇ ਇਸ ਪਾਰਟੀ 'ਚ ਹੁੰਦੇ ਰਹਿੰਦੇ ਆ ਕਿ ਖਹਿਰਾ ਸੁੱਚਾ ਸਿੰਘ ਛੋਟੇਪੁਰ ਨੂੰ ਆਪਣਾ ਲੀਡਰ ਐਕਸੈਪਟ ਕਰ ਲੈਣਗੇ ਅਗਰ ਜੇ ਸਾਰੀ ਕਮਾਂਡ ਉਹਦੇ ਹੱਥ 'ਚ ਦੇ ਦਿੱਤੀ, ਔਰ ਸੁੱਚਾ ਸਿੰਘ ਛੋਟੇਪੁਰ ਡਿਕਟੇਟ ਕਰਨਾ ਸ਼ੁਰੂ ਕਰ ਦੇਣ ਖਹਿਰਾ ਨੂੰ?
ਈਗੋ ਕਲੈਸ਼ ਦਾ ਇੱਕ, ਮੈਂ ਤੁਹਾਨੂੰ ਇੱਕ ਚੀਜ਼ ਦੱਸ ਰਿਹਾ, ਈਗੋ ਕਲੈਸ਼ ਦਾ ਇੱਕ ਨਵਾਂ ਚੈਪਟਰ ਖੁੱਲਣ ਜਾ ਰਿਹਾ। ਨਹੀਂ ਇਹ ਡਿਪੈਂਡ ਕਰਦੇ ਸਮ ਕੰਪਰੋਮਾਈਜ਼ ਆਲਵੇਸ ਦੇਰ ਸਮ ਕੰਪਰੋਮਾਈਜ਼ ਯਾ ਤਾਂ ਹੋਵੇ ਨਾ ਵੀ ਇਸ ਤਰ੍ਹਾਂ ਕਿ ਜੇ ਇਫ ਦੇ ਵਾਂਟ ਟੂ ਗੈਟ ਰਿਡ ਆਫ ਕੇਜਰੀਵਾਲ ਟੋਟਲੀ ਫਿਰ ਇਹਨਾਂ ਨੂੰ ਹੋਰ ਸੈਪਰੇਟ ਪਾਰਟੀ ਬਣਾਉਣੀ ਚਾਹੀਦੀ ਆ। ਉਹਦੇ ਵਿੱਚ ਇੰਨਾ ਟਾਈਮ ਨਹੀਂ ਹੈਗਾ, ਉਹਨਾਂ ਨੂੰ ਪਬਲਿਸਿਟੀ ਚਾਹੀਦੀ ਆ, ਕਿਸੇ ਨਵੀਂ ਪਾਰਟੀ ਨੂੰ ਆਪਣੀ ਪਛਾਣ ਬਣਾਉਣ ਵਾਸਤੇ ਜੀ ਅੰਡਰਸਟੈਂਡ ਕਿ ਵੇਅਰ ਹੀ ਸਟੈਂਡਸ ਹੈ ਜੀ, ਉਹਦੇ ਵਾਸਤੇ ਕੀ ਹੈਗਾ ਆ। ਅਗਰ ਥੋੜ੍ਹੀ ਜਿਹੀ ਆਪਣੇ ਸਿਆਸਤ ਤੋਂ ਕੰਮ ਲੈਣਗੇ ਤੇ ਆਪਸ ਵਿੱਚ ਹੀ ਦੇ ਕੈਨ ਡੂ ਸਮ ਕੰਪਰੋਮਾਈਜ਼। ਠੀਕ ਹੈ ਜੀ, ਖਹਿਰਾ ਔਰ ਇੱਕ ਛੋਟੇ ਹੋਰ ਅਗਰ ਇਕੱਠੇ ਹੋ ਕੇ ਕੇਜਰੀਵਾਲ ਦੇਅਰ ਪੋਜੀਸ਼ਨ ਵਿਲ ਬੀ ਬੈਟਰ ਐਂਡ ਮੋਰ ਸਟਰੋਂਗ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੀ ਗੱਲ ਸਾਡੇ ਨਾਲ ਕਰਨ ਵਾਸਤੇ। ਸਾਡੇ ਦਰਸ਼ਕ ਜੀ ਇਹਨਾਂ ਨੇ ਸਲਾਹ ਦਿੱਤੀ ਕਿ ਕੇਜਰੀਵਾਲ ਜਿਹੜੇ ਨੇ ਉਹ ਅਲੱਗ ਹੋ ਜਾਣ ਅਤੇ ਖਹਿਰਾ ਔਰ ਜਿਹੜੇ ਹੈਗੇ ਨੇ ਛੋਟੇ ਪੂਰਾ ਇੱਕ ਮੰਚ 'ਤੇ ਆਉਣ, ਇਕੱਠੇ ਕੰਮ ਕਰਨ। ਬਟ ਆਈ ਸਟਿਲ ਮੈਨੂੰ ਲੱਗਦਾ ਹੈ ਕਿ ਇੱਕ ਈਗੋ ਕਲੈਸ਼ ਦਾ ਇੱਕ ਨਵਾਂ ਚੈਪਟਰ ਉੱਤੇ ਖੁੱਲ ਜਾਏਗਾ। ਇੱਕ ਬਾਲੀਵੁੱਡ ਦਾ ਗਾਣਾ ਮੈਨੂੰ ਯਾਦ ਆ ਰਿਹਾ, ਕਹਿੰਦੇ ਕਿ ਪਿਆਰ ਹਮੇ ਕਿਸ ਮੋੜ ਪਰ ਲਿਆ ਆ, ਅਤੇ ਮੈਂ ਕਹਿੰਦਾ ਕਿ ਜੋ ਪੰਜਾਬ ਕੀ ਸਿਆਸਤ ਹੈ ਅਰਵਿੰਦ ਕੇਜਰੀਵਾਲ ਕੋ ਕਿਸ ਮੋੜ ਪਰ ਲਿਆਈ। ਇਹ ਅੱਜ ਉਹ ਛੋਟੇ ਪੁਰ ਨੂੰ ਤਰਲੇ ਮਿੰਨਤਾ ਕਰਦੇ ਪਏ ਨੇ। ਸਾਡੇ ਹੋਰ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਆਪਾਂ ਗੱਲ ਕਰਦੇ ਹਾਂ। ਹਾਂਜੀ, ਤੁਸੀਂ ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਹੋ, ਕਿੱਥੋਂ ਬੋਲ ਰਹੇ ਜੀ? ਹਾਂਜੀ, ਥੋੜ੍ਹੀ ਟੀਵੀ ਦੀ ਆਵਾਜ਼ ਘੱਟ ਕਰ ਦਿਓ ਜੀ, ਤੁਹਾਨੂੰ ਦੱਸਣਾ ਚਾਹਾਂਗੇ। ਆਪਣੇ ਟੈਲੀਵਿਜ਼ਨ ਸੈੱਟ ਦੀ ਆਵਾਜ਼ ਥੋੜ੍ਹੀ ਘੱਟ ਕਰੋ ਜੀ। ਹਾਂਜੀ, ਇੱਕੋ ਹੋ ਰਿਹਾ ਸਾਊਂਡ ਤੁਹਾਡਾ ਜੀ, ਕਰ ਦਿਓ ਜੀ, ਬਸ ਠੀਕ ਹੈ। ਤੁਹਾਡਾ ਫੋਨ ਕਾਲ ਬਹੁਤ ਅਹਿਮ ਹੈ ਸਾਡੇ ਵਾਸਤੇ, ਬਹੁਤ ਇੰਪੋਰਟੈਂਟ ਹੈ, ਤੁਸੀਂ ਦੱਸੋ ਜੀ ਕੀ ਸੋਚਦੇ। ਹਾਂਜੀ, ਆ ਰਹੇ ਜੀ, ਆਵਾਜ਼ ਆ ਰਹੀ ਤੁਹਾਡੀ, ਦੱਸੋ ਤੁਸੀਂ ਲਾਈਵ ਹੋ ਜੀ, ਦੱਸੋ ਜੀ ਕੀ ਸੋਚਦੇ ਹੋ ਤੁਸੀਂ ਇਸ ਬਾਰੇ। ਜੀ ਕਿਸੇ ਦਾ ਵੀ ਆਪਣੇ ਨਾਲੋਂ ਜ਼ਿਆਦਾ ਕਦਰਚਾਰੀ ਦੇਖਣਾ ਚਾਹੁੰਦਾ। ਠੀਕ ਹੈ, ਕਿਉਂਕਿ ਖਹਿਰਾ ਜਿਹੜਾ ਆ, ਖਹਿਰਾ ਦੋਨਾਂ ਪਾਰਟੀਆਂ ਨੂੰ ਚੁੰਮਦਾ ਸੀ, ਜਿਹਦੇ ਕਰਕੇ ਆਪਣਾ ਜਿਹੜਾ ਮਜੀਠੀਆ ਮਜੀਠੀਆ ਨੇ ਦੋਸਤੀ ਲਾਈ, ਕਿਉਂਕਿ ਮਜੀ ਉਹ ਇਹ ਸਾਰੇ ਉਹਨਾਂ ਦੇ ਪੋਲ ਬਾਹਰ ਕੱਢਦਾ ਸੀ ਆਪਣਾ ਖਹਿਰਾ। ਉਹ ਮਜੀਠੀਆ ਨੂੰ ਪਤਾ ਸੀਗਾ ਕਿ ਇਹ ਦੁਸ਼ਮਣ ਜਿਹੜਾ ਸਾਡਾ ਆ ਇਹਨੂੰ ਬਾਹਰ ਕੱਢਿਆ ਜਾਵੇ। ਯਾਰੀ ਲਾਈ ਆ ਮੋਦੀ ਨਾਲ ਕੇਜਰੀਵਾਲ ਨਾਲ, ਫਿਰ ਕੇਜਰੀਵਾਲ ਨੇ ਮਾਫੀ ਪ੍ਰੋਗਰਾਮ ਬਣਾਇਆ, ਕੇਜਰੀਵਾਲ ਨੇ ਮਾਫੀ ਮੰਗੀ, ਉਦੋਂ ਬਾਅਦ ਇਹਨੂੰ ਸਹਿਕ ਦਿੰਦਾ ਉਹ, ਕਿਉਂਕਿ ਉਹ ਬੰਦਾ ਜਿਹੜਾ ਜੋਗਿੰਦਰ ਯਾਦਵ ਵੀ ਕੱਢਿਆ ਸੀ, ਉਹ ਜਿਹੜਾ ਕਹਿੰਦਾ ਸੀਗਾ ਵੀ ਮੈਂ ਹਜ਼ਾਰਾਂ ਚੀਫ ਮਿਨਿਸਟਰੀਆਂ ਮਾਰ ਦਊਂਗਾ, ਉਹ ਸਾਰੇ ਆਪਣੇ ਕੰਟਰੋਲ 'ਚ ਰੱਖੇ ਆ ਹੱਥ ਜੀ, ਆਪਾਂ ਕੱਢੇ ਨੇ। ਜੇ ਉਹ ਮਨ ਦਾ ਸਾਫ਼ ਹੁੰਦਾ ਕਦੀ ਵੀ ਇੱਦਾਂ ਨਾ ਕਰਦਾ, ਜਦੋਂ ਪਹਿਲਾਂ ਇੰਨੇ ਬੰਦਿਆਂ ਦੇ ਜਿੱਤ ਗਏ ਉਦੋਂ ਉਹ ਆਪਣੇ ਆਪ ਨੂੰ ਰੱਬ ਕਹਾਉਣ ਲੱਗ ਪਿਆ ਸੀਗਾ। ਇਸ ਕਰਕੇ ਜਿਹੜਾ ਖਹਿਰਾ ਆ, ਖਹਿਰੇ ਦੀਆਂ ਜਿਹੜੀਆਂ ਸ਼ਰਤਾਂ ਆ, ਅਗਰ ਜੇ ਇਹ ਚਲੇ ਗਿਆ ਆਪਣਾ ਆਪਣੀ ਬੇਇੱਜ਼ਤੀ ਕਰਾਊਗਾ ਛੋਟੇ ਪੁਰ, ਕਿਉਂਕਿ ਇਹਨੂੰ ਵੀ ਉਹ ਲਿਫਾਫੇ ਨਾਲ ਹੀ ਕੱਢਿਆ ਸੀ। ਅੱਜ ਪ੍ਰੋਬਲਮਾਂ ਜਿਹੜੀਆਂ ਖਹਿਰੇ ਦਾ ਕਰਕੇ ਉਹ ਇਹਨੂੰ ਰਲਾਉਂਦਾ ਨਹੀਂ, ਇਹਦੀ ਲਿਆਕਤ ਨੂੰ ਨਹੀਂ ਦੇਖ ਰਿਹਾ, ਖਹਿਰੇ ਤੋਂ ਡਰਦਾ ਕਰਦਾ, ਖਹਿਰੇ ਤੋਂ ਡਰਦਾ ਕਰਦਾ। ਚਲੋ ਜੀ, ਉਹ ਸਿਆਸੀ ਮਜਬੂਰੀਆਂ ਨੇ ਕੇਜਰੀਵਾਲ ਦੀਆਂ, ਅਸੀਂ ਉਹਨਾਂ ਨੂੰ ਡਿਸਕਸ ਕਰ ਰਹੇ ਹਾਂ। ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ, ਥੈਂਕ ਯੂ ਜੀ। ਸਾਡੇ ਬਹੁਤ ਦਰਸ਼ਕ ਸਾਨੂੰ ਫੋਨ ਕਰ ਰਹੇ ਨੇ, ਕਿਉਂਕਿ ਇਹ ਟੋਪਿਕ ਐਸਾ ਹੈ, ਮੁੱਦਾ ਐਸਾ ਹੈ ਕਿ ਲੋਕਾਂ ਦੇ ਦਿਲਾਂ ਦੇ ਨਾਲ ਜੁੜਿਆ, ਕਈ ਲੋਕਾਂ ਦੇ ਅਤੇ ਇਮੋਸ਼ਨਸ ਦੇ ਨਾਲ ਵੀ ਜੁੜਿਆ ਹੋਣਾ। ਕਈ ਲੋਕ ਇਹ ਕਹਿੰਦੇ ਸੀਗੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਵੱਡੀਆਂ ਵੱਡੀਆਂ ਉਮੀਦਾਂ ਸੀਗੀਆਂ, ਉਹ ਅੱਜ ਕੀ ਕਹਿੰਦੇ ਨੇ ਇਸ ਕੇਜਰੀਵਾਲ ਦੀ ਪੋਲੀਟਿਕਸ ਦੇ ਬਾਰੇ। ਸਾਡੇ ਇੱਕ ਹੋਰ ਦਰਸ਼ਕ ਨਾਲ ਅਸੀਂ ਗੱਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਹੋ, ਕਿੱਥੋਂ ਬੋਲ ਰਹੇ ਹੋ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬੈਲਜੀਅਮ ਤੋਂ ਬੋਲ ਰਿਹਾ ਜੀ। ਹਾਂਜੀ, ਕੀ ਸ਼ਬਨਾਮ ਆਪਣਾ? ਮੇਰਾ ਨਾਮ ਗੁਰਚਰਨ ਸਿੰਘ ਹੈ ਜੀ। ਗੁਰਚਰਨ ਸਿੰਘ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਦੱਸੋ ਜੀ ਕੀ ਕਹਿਣਾ ਚਾਹੋਗੇ ਤੁਸੀਂ? ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ? ਸੁਣਿਆ ਮੈਂ ਆਪਣਾ, ਮੈਂ ਸੁਣ ਰਿਹਾ ਸੀ ਤੁਹਾਡਾ, ਕਿਹੜਾ ਪ੍ਰੋਗਰਾਮ ਚੱਲ ਰਿਹਾ ਤੁਹਾਡਾ? ਮੈਨੂੰ ਅੱਜ ਦਾ ਮੁੱਦਾ ਜੀ, ਅੱਜ ਦਾ ਮੁੱਦਾ ਜੀ, ਲੇਕਿਨ ਇਹ ਹੈ ਕਿ ਅੱਜ ਕੀ ਮੁੱਦਾ ਕਿਹੜਾ ਜੀ ਤੁਹਾਡਾ? ਇਹੀ ਹੈ ਜੀ, ਆਮ ਆਦਮੀ ਪਾਰਟੀ ਜਿਹੜਾ ਕੇਜਰੀਵਾਲ ਛੋਟੇਪੁਰ ਨੂੰ ਤਰਲੇ ਮਿੰਨਤਾਂ ਕਰ ਰਹੇ ਨੇ ਕਿ ਪਾਰਟੀ 'ਚ ਵਾਪਸ ਆ ਜਾਓ। ਅੱਛਾ, ਛੋਟੇਪੁਰ ਦੇ ਘਰ ਦੇ ਆਪਣੇ ਬੰਦੇ ਭੇਜੇ ਨੇ ਕਿ ਛੋਟੇਪੁਰ ਨੂੰ ਪਾਰਟੀ 'ਚ ਵਾਪਸ ਲਿਆਓ, ਇਸ ਬਾਰੇ ਤਬਸਰਾ ਚੱਲ ਰਿਹਾ, ਇਸ ਬਾਰੇ ਕਰ ਰਹੇ ਹਾਂ ਅਸੀਂ ਗੱਲ। ਤੁਸੀਂ ਕੀ ਸੋਚਦੇ ਹੋ?
ਛੋਟੇਪੁਰ ਨੂੰ ਜਾਣਾ ਚਾਹੀਦਾ ਆਮ ਆਦਮੀ ਪਾਰਟੀ 'ਚ ਵਾਪਸ ਕਿ ਨਹੀਂ? ਬਿਲਕੁਲ ਜੀ ਜਾਣਾ ਚਾਹੀਦਾ, ਬਿਲਕੁਲ ਜਾਣਾ ਚਾਹੀਦਾ। ਅੱਛਾ, ਲੇਕਿਨ ਜਾਣਾ ਚਾਹੀਦਾ ਕਿਸ ਚੀਜ਼ ਤੇ ਜਾਣਾ ਚਾਹੀਦਾ ਉਹਨੂੰ? ਉਹਨਾਂ ਨੂੰ ਦੇਖੋ ਬੰਦੇ ਬਹੁਤ ਠੀਕ ਠਾਕ ਹੈ ਤੇ ਉਹਨਾਂ ਨੂੰ ਜਾਣਾ ਚਾਹੀਦਾ ਇਸ ਕਰਕੇ ਕਿਉਂਕਿ ਜਿਸਲੇ ਬੰਦੇ ਇਕੱਠੇ ਹੋ ਗਏ ਨਾ ਪੰਜਾਬ ਆਪਣੇ ਪੰਜਾਬੀ ਜੀ ਤੇ ਉਹਨਾਂ ਨੂੰ ਫਿਰ ਇਹ ਜਿਹੜਾ ਇਕੱਠ ਹੈ ਕਿ ਨਹੀਂ ਚੰਗਾ ਹੈ ਕਿਉਂਕਿ ਜਿਹੜੇ ਬੰਦੇ ਦੇਖੋ ਪੰਜਾਬ ਦੇ ਮੁੱਦੇ ਪੰਜਾਬੀਆਂ ਕੋਲ ਹੋਣੇ ਚਾਹੀਦੇ ਸਭ ਤੋਂ ਬੜੀ ਪਹਿਲੀ ਚੀਜ਼ ਹੈ। ਠੀਕ ਹੈ, ਤੇ ਉਸ ਤੋਂ ਬਗੈਰ ਜੇ ਪੰਜਾਬੀਆਂ ਦਾ ਜੇ ਆਪਣੇ ਬੰਦਿਆਂ ਦਾ ਜਿਹੜੇ ਚੰਗੇ ਸੀਨੀਅਰ ਬੰਦੇ ਨੇ ਜੇ ਉਹਨਾਂ ਦੀ ਕੋਈ ਕਦਰ ਨਹੀਂ ਤੇ ਮੇਰੇ ਖਿਆਲ ਚ ਫਿਰ ਉਹ ਪੰਜਾਬੀਆਂ ਦੇ ਬਾਹਰੋਂ ਆ ਕੇ ਬੰਦਾ ਕੋਈ ਕਰੇ ਤੇ ਮੈਨੂੰ ਲੱਗਦਾ ਨਹੀਂ ਉਹ ਠੀਕ ਗੱਲ ਹੈ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦਾ। ਤੁਸੀਂ ਇਹ ਗੱਲ ਕਹਿ ਰਹੇ ਸੀ ਕਿ ਸਾਰੇ ਪੰਜਾਬੀ ਜਿਹੜੇ ਹੁੰਦੇ ਚਾਹੀਦੇ ਚਿਹਰਾ ਲੜਾਈ, ਤੁਹਾਨੂੰ ਅਗਰ ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਸ਼ੁਰੂ ਤੋਂ ਝਗੜਾ ਵੀ ਇਸੇ ਗੱਲ ਦਾ ਹੋਇਆ। ਜਦੋਂ ਲੋਕ ਜਦੋਂ ਵਿਧਾਨ ਸਭਾ ਦੇ ਚੁਣਾਵ ਸੀ ਪੰਜਾਬ ਦੇ ਵਿੱਚ, ਮੈਨੂੰ ਯਾਦ ਹੈ ਸੰਜੇ ਸਿੰਘ, ਦੁਰਗੇਸ਼ ਪਾਠਕ, ਇਹ ਸਾਰੇ ਬੰਦੇ ਦਿੱਲੀਓਂ ਭੇਜੇ ਗਏ ਸੀਗੇ। ਪੂਰੀ ਦੀ ਪੂਰੀ ਟੀਮ ਜਾ ਕੇ ਉੱਥੇ ਪੰਜਾਬ 'ਚ ਬੈਠੀ ਸੀ। ਇਹਨਾਂ ਨੇ ਟਿਕਟਾਂ ਕਿਹਨੂੰ ਦੇਣੀਆਂ, ਕਿਹਨੂੰ ਨਹੀਂ ਦੇਣੀਆਂ, ਕਿਹੜੇ ਲੀਡਰ ਨੂੰ ਸ਼ਾਮਿਲ ਕਰਾਉਣਾ, ਕਿਹਨੂੰ ਨਹੀਂ ਕਰਾਉਣਾ, ਇਹਨਾਂ ਨੇ ਡਿਸੀਜ਼ਨ ਲਏ। ਔਰ ਮੈਨੂੰ ਯਾਦ ਹੈ ਕਿ ਜਿਹੜੇ ਉਸ ਟਾਈਮ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰ ਸੀਗੇ, ਉਹਨਾਂ ਦੇ ਨਾਲ ਇਹਨਾਂ ਦੇ ਇਲੈਕਸ਼ਨਾਂ ਤੋਂ ਪਹਿਲਾਂ ਹੀ ਈਗੋ ਕਲੈਸ਼ ਸ਼ੁਰੂ ਹੋ ਗਏ ਸੀਗੇ। ਕਈ ਇਲਜ਼ਾਮ ਲੱਗੇ, ਜਿੱਦਾਂ ਸੁੱਚਾ ਸਿੰਘ ਛੋਟੇਪੁਰ ਦੇ ਉੱਪਰ ਇਲਜ਼ਾਮ ਹੈ ਲੱਗੇ ਸੀ ਕਿ ਇਹਨਾਂ ਨੇ ਟਿਕਟਾਂ ਵਾਸਤੇ ਪੈਸੇ ਮੰਗੇ, ਇਹਨਾਂ ਦਾ ਸਟਿੰਗ ਆਪਰੇਸ਼ਨ ਆਇਆ, ਬਾਅਦ ਵਿੱਚ ਪਾਰਟੀ 'ਚੋਂ ਇਹਨਾਂ ਨੂੰ ਕੱਢਿਆ ਗਿਆ। ਇਹੋ ਜਿਹੇ ਕਈ ਇਲਜ਼ਾਮ ਤਾਂ ਸੰਜੇ ਸਿੰਘ 'ਤੇ ਵੀ ਲੱਗੇ, ਦੁਰਗੇਸ਼ ਪਾਠਕ 'ਤੇ ਵੀ ਲੱਗੇ ਸੀ ਉਹਨਾਂ ਦਿਨਾਂ ਦੇ ਵਿੱਚ, ਲੇਕਿਨ ਪਾਰਟੀ ਨੇ ਉਹਨਾਂ ਦਾ ਬਚਾਅ ਕੀਤਾ। ਬਾਕੀ ਜਿਹੜੀ ਇਟਸ ਮਤਲਬ ਦੋਨਾਂ ਹਰ ਜਗ੍ਹਾ ਬਾਇਸ ਐਟੀਟਿਊਡ ਰਿਹਾ, ਹਰ ਲੀਡਰ ਦੇ ਨਾਲ ਇੱਕ ਸੇਮ ਐਟੀਟਿਊਡ ਨਹੀਂ ਰੱਖਿਆ ਪਾਰਟੀ ਨੇ। ਸਾਡੇ ਕਈ ਦਰਸ਼ਕ ਇਸ ਬਾਰੇ ਗੱਲ ਕਰਨਾ ਚਾਹੁੰਦੇ ਨੇ, ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਹੋ, ਕਿੱਥੋਂ ਬੋਲ ਰਹੇ ਜੀ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਜੀ, ਕੀ ਨਾਮ ਆਪਣਾ? ਮੇਰਾ ਨਾਮ ਸ਼ਪਾਰ ਸਿੰਘ ਗਰੇਵਾਲ ਹੈ, ਮੈਂ ਸੌਂਗਲ ਤੋਂ ਬੋਲਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਗਰੇਵਾਲ ਜੀ, ਤੁਸੀਂ ਕੀ ਸੋਚਦੇ ਹੋ ਕੇਜਰੀਵਾਲ ਦੀ ਸਿਆਸਤ ਬਾਰੇ? ਨਹੀਂ ਨਹੀਂ, ਮੈਂ ਭਾਜੀ ਸੁੱਚਾ ਸਿੰਘ ਨੂੰ ਬਿਲਕੁਲ ਨਹੀਂ ਜਾਣਾ ਚਾਹੀਦਾ, ਕਿਉਂ ਨਹੀਂ ਜਾਣਾ ਚਾਹੀਦਾ? ਉਹਨਾਂ ਨੂੰ ਬਹੁਤ ਬੁਰੇ ਤਰੀਕੇ ਨਾਲ ਉਹਨੂੰ ਕੱਢਿਆ ਸੀਗਾ, ਸਾਰਾ ਵੜ ਜਾਂਦਾ ਜੋ ਕੁਛ ਉਹਨਾਂ ਨੂੰ ਹੋਈ ਨਾ ਸਾਡੇ ਦਰਸ਼ਕ ਨੇ, ਸਾਡੇ ਸੂਝਵਾਨ ਦਰਸ਼ਕ, ਉਹ ਇਹੀ ਕਹਿ ਰਹੇ ਨੇ ਕਿ ਜੋ ਅਣਖ ਹੈਗੀ ਹੈ ਉਹ ਅਗਰ ਸੁੱਚਾ ਸਿੰਘ ਛੋਟੇਪੁਰ 'ਚ ਹੈਗੀ ਹੈ ਤਾਂ ਉਹਨਾਂ ਨੂੰ ਨਹੀਂ ਵਾਪਸ ਜਾਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਬਹੁਤ ਹੀ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਕੱਢਿਆ ਗਿਆ ਸੀ ਉੱਥੋਂ ਪਾਰਟੀ ਦੇ ਵਿੱਚ, ਕਿਉਂਕਿ ਸੁੱਚਾ ਸਿੰਘ ਛੋਟੇਪੁਰ ਨੇ ਵੀ ਇਸ ਮੀਟਿੰਗ ਤੋਂ ਬਾਅਦ ਅੱਜ ਜੋ ਮੀਡੀਆ ਨੂੰ ਬਿਆਨ ਦਿੱਤਾ ਉਹਨਾਂ ਨੇ ਵੀ ਇਹ ਹੀ ਕਿਹਾ ਕਿ ਪਾਰਟੀ ਨੇ ਜੋ ਮੇਰੇ ਨਾਲ ਸਲੂਕ ਕੀਤਾ, ਜੋ ਮੇਰੇ ਨਾਲ ਵਰਤਾਵ ਕੀਤਾ, ਮੈਂ ਉਹਨੂੰ ਕਿਸ ਤਰ੍ਹਾਂ ਭੁੱਲ ਸਕਦਾ। ਉਹਨਾਂ ਨੇ ਇਹ ਵੀ ਕਿਹਾ ਕਿ ਪਾਰਟੀ ਰਿਮੋਟ ਕੰਟਰੋਲ ਤੋਂ ਚੱਲਦੀ ਹੈ, ਇਹਨਾਂ ਨੇ ਦਿੱਲੀਓਂ ਤੋਂ ਹੀ ਚਲਾਉਣੀ ਹੈ, ਅਗਰ ਇਹ ਸਾਰੀਆਂ ਚੀਜ਼ਾਂ ਮੰਨਣ ਤਾਂ ਉਹ ਥੋੜ੍ਹੇ ਥੋੜ੍ਹੇ ਸੌਫਟ ਹੁੰਦੇ ਦਿਖਾਈ ਦੇ ਰਹੇ ਨੇ। ਔਰ ਇਹ ਵੀ ਖਬਰ ਹੈ ਕਿ ਇੱਕ ਦੋ ਦਿਨ ਦੇ ਵਿੱਚ ਛੋਟੇਪੁਰ ਕੋਈ ਡਿਸੀਜ਼ਨ ਲੈ ਸਕਦੇ ਨੇ, ਔਰ ਇਹ ਵੀ ਸੰਕੇਤ ਨੇ ਕਿਉਂਕਿ ਇਹ ਕੁਸ਼ਚਨ ਹੈਗਾ ਪੋਲੀਟੀਕਲ ਸਰਵਾਈਵਲ ਦਾ। ਸੁੱਚਾ ਸਿੰਘ ਛੋਟੇਪੁਰ ਨੂੰ ਆਪਣਾ ਪੋਲੀਟੀਕਲ ਸਰਵਾਈਵਲ ਵੀ ਚਾਹੀਦਾ, ਸਿਆਸੀ ਸਰਵਾਈਵਲ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਆਪਣੀ ਪਾਰਟੀ ਬਣਾਈ, ਆਪਣਾ ਪੰਜਾਬ ਪਾਰਟੀ, ਜੋ ਕੋਈ ਖਾਸ ਚਮਤਕਾਰ ਨਹੀਂ ਕਰ ਪਾਈ ਲੋਕ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਆਪਣੀ ਪੋਲੀਟੀਕਲ ਸਿਆਸੀ ਹੋਂਦ ਨੂੰ ਬਚਾਉਣ ਵਾਸਤੇ। ਸ਼ਾਇਦ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ 'ਚ ਚਲੇ ਜਾਣ। ਸਾਡੇ ਕਈ ਦਰਸ਼ਕਾਂ ਨੇ ਉਹਨਾਂ ਦੇ ਬਾਰੇ 'ਚ ਕਿਹਾ ਕਿ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ, ਲੇਕਿਨ ਜੋ ਲੱਗਦਾ ਜੋ ਸਿਆਸਤ ਹੁੰਦੀ ਹੈ ਉਹ ਹਮੇਸ਼ਾ ਮੌਕਾ ਪ੍ਰਸਤੀ ਹੁੰਦੀ ਹੈ, ਉਹਦੇ ਵਿੱਚ ਕੋਈ ਅਸੂਲ, ਕੋਈ ਰੂਲ ਰੈਗੂਲੇਸ਼ਨ, ਕੋਈ ਜੋ ਹੁੰਦਾ ਉਹ ਚੀਜ਼ ਕੰਮ ਨਹੀਂ ਆਉਂਦੀ, ਸਿਰਫ ਮੌਕਾ ਦੇਖਿਆ ਜਾਂਦਾ ਹੈ, ਮੌਕਾ ਪ੍ਰਸਤੀ ਦੇਖੀ ਜਾਂਦੀ ਹੈ। ਮੌਕਾ ਪ੍ਰਸਤੀ ਅਗਰ ਹੋਏਗੀ ਸੁੱਚਾ ਸਿੰਘ ਛੋਟੇਪੁਰ ਦੀ ਤਾਂ ਉਹ ਵੀ ਚਲੇ ਜਾਣਗੇ ਆਮ ਆਦਮੀ ਪਾਰਟੀ 'ਚ, ਕਿਉਂਕਿ ਮੌਕਾ ਪ੍ਰਸਤੀ ਹੈ ਅਰਵਿੰਦ ਕੇਜਰੀਵਾਲ ਦੀ, ਜੋ ਅੱਜ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ 'ਚ ਵਾਪਸ ਬੁਲਾ ਰਹੇ ਨੇ। ਇਸ ਅਹਿਮ ਮਸਲੇ 'ਤੇ ਆਪਾਂ ਇਹ ਗੱਲਬਾਤ, ਇਹ ਤਬਸਰਾ, ਇਹ ਵਿਚਾਰ ਜਾਰੀ ਰੱਖਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।